ਤੇ ਹੁਣ ਦੋਨੇ ਪੁੱਤ ਤੈਨੂੰ ਕਾਹਤੋਂ ਨੀ ਪਾਲਦੇ? ਮਿਲਣ ਆਉਂਦਾ ਕਿਤੇ? ਮਰਜ਼ੀ ਨਾਲ ਆਉਂਦਾ। ਤੈਨੂੰ ਸਾਂਭਣ ਤੋਂ ਕਾਹਤੋਂ ਮੁਨਕਰ ਹੋ ਗਏ? ਤੈਨੂੰ ਕਾਹਤੋਂ ਨੀ ਸਾਂਭਿਆ? ਪੈਸੇ ਚਾਹੀਦੇ ਵਾ ਤੈਨੂੰ? ਲੈ ਲਾ ਮੈਂ ਥੋੜੇ ਜੇ ਲੈ ਲਾ। ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾਂ, ਅੱਜ ਇਹਨਾਂ ਮਾਵਾਂ ਦਾ ਕਸੂਰ ਕੀ ਹੈ ਦੱਸਿਆ ਜਾਵੇ। ਅੱਜ ਇਹਨਾਂ ਮਾਵਾਂ ਨੂੰ ਦਾਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ। ਹਾਲ ਚਾਲ ਤਾਂ ਪੁੱਛੀਏ, ਦੁੱਖ ਤਾਂ ਸੁਣੀਏ, ਦੋ ਮਿੰਟ ਗੱਲ ਤਾਂ ਕਰੀਏ ਬੈਠ ਕੇ। ਹੋਰ ਵੀ ਰਿਸ਼ਤੇਦਾਰ ਮਾਂ ਦੱਸਦੀ ਆਉਂਦੇ ਇੱਥੇ। ਹੁਣ ਅਸੀਂ ਤੇਰੀਆਂ ਸੇਵਾ ਕਰੀਏ? ਨਹੀਂ ਮਾਂ। ਦੇਖੋ ਹੁਣ ਇਸ਼ਨਾਨ ਪਾਣੀ ਕੀਤੇ ਨੂੰ ਹੁਣ ਕਿੰਨਾ ਟਾਈਮ ਹੋ ਗਿਆ, ਕੱਪੜੇ ਬਦਲਣ ਨੂੰ ਕਿੰਨਾ ਟਾਈਮ ਹੋ ਗਿਆ। ਦੇਖੋ ਤੁਹਾਡੇ ਵਾਸਤੇ ਵੀ ਔਖਾ ਹੈ ਨਾ। ਰਿਕਵੈਸਟ ਵਾਲੀ ਗੱਲ ਹੈ, ਬੇਨਤੀ ਕਰ ਲੈਂਦੇ, ਹੱਥ ਜੋੜ ਕੇ ਬੇਨਤੀ ਹੈ। ਮੇਰੀ ਤੰਗੀ ਕੀ ਹੈ? ਉਹ ਤੰਗੀ ਨਹੀਂ ਹੈਗੀ। ਕਿੰਨਾ ਤੁਸੀਂ ਸਾਨੂੰ ਕਹਿੰਦੇ ਸੀ ਕਮਰਾ ਲਾ ਕੇ ਬਣ ਕੇ ਆਖੇ ਲਾ ਕੇ? ਮੈਂ ਅਸੀਂ ਕੋਈ ਚਿੱਤੋ ਗਲਤ ਚੀਜ਼ ਥੋੜੀ ਮੰਗੀ ਹੈ ਮਾਂ, ਮੇਰੀ ਗੱਲ ਸੇਵਾ ਮੰਗੀ ਹੈ। ਦੱਸ ਦਿੰਦੇ ਮੇਰੇ ਕਹੇ ਤੇ ਇੱਕ ਹਫ਼ਤਾ ਚੱਲ ਜਾਓ ਤੁਸੀਂ। ਮੈਂ ਠੀਕ ਹੋ? ਠੀਕ ਹੈ ਤਬੀਅਤ? ਅੱਜ ਦਵਾਈ ਲੈਣ ਗਏ ਸੀਗੇ ਤੁਸੀਂ? ਨਾ ਦਵਾਈ ਲੈਣ ਚੱਲੀ ਆ। ਲਿਆਂਦੀ ਦਵਾਈ? ਕੀ ਹੋ ਗਿਆ? ਅੱਛਾ ਅੱਛਾ, ਦੇ ਤੀ ਤੂੰ? ਠੀਕ ਹੈ ਤਬੀਅਤ? ਠੀਕ ਹੈ ਹੁਣ? ਕਿੰਨੇ ਬੱਚੇ ਆ ਮਾਤਾ ਦੇ? ਮੈਂ ਵੈਸੇ ਤਿੰਨ ਸੁਣਿਆ, ਜਾਣ ਤਾਂ ਆਉਣੀ ਆ। ਓਕੇ, ਤਿੰਨ ਬੇਟੇ? ਗਰੀਬਾਂ ਦੀ ਹੱਟੀ ਲਿਖਿਆ ਬਾਹਰੋਂ, ਉਹਦੇ ਬੋਰਡ ਬੁਲਾ ਤਾ ਮੇਰੇ ਖਿਆਲ 'ਚ। ਕੀ ਹੱਟੀ ਲਿਖਿਆ? ਗਰੀਬਾਂ ਦੀ ਹੱਟੀ। ਗਰੀਬਾਂ ਦੀ ਹੱਟੀ, ਕੱਪੜੇ ਦੀ ਦੁਕਾਨ ਹੈ ਜੀ। 30-35 ਸਾਲ ਪਹਿਲਾਂ ਮੇਰਾ ਦਵਾਸ ਸੀ ਨਾਲ, ਉਹ ਸਾਡਾ ਬਾਹਰ ਭੇਜਦਾ ਸੀ, ਉਸ ਤੋਂ ਬਾਅਦ ਇੱਥੋਂ ਛੱਡ ਕੇ ਲੁਧਿਆਣੇ ਚਲੇ ਗਿਆ। ਠੀਕ ਹੈ ਠੀਕ ਹੈ ਠੀਕ। ਤੇ ਮੈਂ ਤਾਂ ਹੈਰਾਨ ਕਿ ਉਹਦੀ ਮਾਂ ਹੈ। ਇਹ ਕਿੰਨੇ ਕੁ ਟਾਈਮ ਤੋਂ ਇੱਥੇ ਹੈ ਮਾਤਾ? ਨਹੀਂ, ਇਹ ਤਾਂ ਦੱਸ ਹੀ ਰਿਹਾ। ਹਾਂਜੀ, ਇੱਥੇ ਆਏ ਨੂੰ ਸਾਲ ਤੋਂ ਉੱਪਰ ਹੋ ਗਏ। ਹਾਂ ਹਾਂ, ਤਕਰੀਬਨ ਸਾਲ ਪਲੱਸ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਮੇਲਕੋਟਲਾ ਸ਼ਹਿਰ ਦੇ ਵਿੱਚ ਖੜੇ ਹਾਂ ਜੀ ਅਸੀਂ। ਮੇਲਕੋਟਲਾ ਸ਼ਹਿਰ ਦੇ ਵਿੱਚ ਇਹ ਸੰਤ ਮਾਤਾ ਰਾਧਾ ਬਾਈ ਗੁਰਦੁਆਰਾ ਸਾਹਿਬ ਦੇ ਵਿੱਚ ਆ। ਇੱਥੇ ਇੱਕ ਬਜ਼ੁਰਗ ਮਾਂ ਇੱਕ ਚੱਲਣ ਫਿਰਨ ਤੋਂ ਸਮਰੱਥ ਮਾਂ ਨੂੰ ਸਹਾਰਾ ਮਿਲਿਆ ਗੁਰੂ ਘਰ ਦੇ ਵਿੱਚ। ਮੈਂ ਤਾਂ ਬਹੁਤ ਧੰਨਵਾਦੀ ਹਾਂ। ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਮਰਾ ਇਸ ਮਾਂ ਨੂੰ ਰਹਿਣ ਲਈ ਦਿੱਤਾ ਗਿਆ ਵਾ, ਜਿਹਦੇ ਪੁੱਤ ਵੀ ਹੈਗੇ ਆ ਪਰ ਕੋਈ ਸੰਭਾਲਦਾ ਨਹੀਂ ਇਸ ਮਾਂ ਨੂੰ। ਮਾਂ ਰਾਮ ਕੌਰ ਆ, ਮਾਤਾ ਰਾਮ ਕੌਰ ਨੂੰ ਮਿਲਦੇ ਹਾਂ, ਆਪਾਂ ਗੱਲ ਕਰਦੇ ਹਾਂ। ਮਾਂ ਸਤਿ ਸ਼੍ਰੀ ਅਕਾਲ। ਹੋਰ ਮਾਂ ਤਕੜੇ ਹੋ? ਠੀਕ ਆ। ਮਾਂ ਤੁਹਾਡਾ ਨਾਂ ਰਾਮ ਕੌਰ ਆ? ਠੀਕ ਆ ਠੀਕ ਆ। ਮਾਂ ਤੁਹਾਡੇ ਪਤੀ ਦਾ ਕੀ ਨਾਂ ਜੀ? ਸੋਹਣ ਸਿੰਘ। ਕੀ ਕਰਦੇ ਸੀ ਉਹ ਬਾਪੂ ਜੀ? ਕੱਪੜੇ ਦੀ ਦੁਕਾਨ ਤੁਹਾਡੇ ਘਰ ਵਾਲੇ ਦੀ? ਅੱਛਾ, ਕਿੱਥੇ? ਕਿੱਥੇ? ਸੱਠਾ ਬਾਜ਼ਾਰ। ਸੱਠਾ ਬਾਜ਼ਾਰ? ਅੱਛਾ ਅੱਛਾ ਅੱਛਾ। ਤੇ ਹੁਣ ਉੱਥੇ ਹੀ ਹੁੰਦੇ ਤੁਹਾਡਾ ਘਰ ਵਾਲਾ? ਗੁਜ਼ਰ ਗਏ ਬਾਪੂ ਜੀ। ਕਿੰਨੇ ਸਾਲ ਹੋ ਗਏ? ਹੋ ਗਏ 25-26 ਸਾਲ। 25-26 ਸਾਲ। ਬੱਚੇ ਕਿੰਨੇ ਮਾਂ? ਦੋ ਮੁੰਡੇ ਨੇ ਵਿਆਹ। ਦੋ ਮੁੰਡੇ ਆ?
ਦੋਨੇ ਵਿਆਹੇ ਹੋਏ ਆ? ਹਾਂ ਠੀਕ ਆ ਮਾਂ, ਕਿੱਥੇ ਰਹਿੰਦੇ ਹੋ? ਅਮਦੇਵੀ ਦਾ ਫਾਟਕ ਵਾਲ ਹੈ, ਅਮਦੇਵੀ ਦਾ ਫਾਟਕ ਲੰਘ ਤੇ ਪਰ ਅਮਦੇਵੀ ਦਾ ਫਾਟਕ ਆਹੋ ਗੱਡੀ ਦੀ ਲੈਣ ਕੋਲ ਜਾਂਦੇ ਪਰ ਉੱਥੇ ਘਰ ਆ? ਉੱਥੇ ਘਰ ਆ ਮਾਂ? ਹਾਂ ਅੱਛਾ ਤੇ ਮਾਂ ਤੂੰ ਉੱਥੇ ਨਹੀਂ ਰਹਿੰਦੀ ਘਰੇ? ਹੈ ਮਾਂ ਚਲੇ ਜਾਂਦੇ ਆ ਠੀਕ ਆ ਨੀ ਮਾਂ ਤੈਨੂੰ ਹੁਣ ਘਰੇ ਛੱਡ ਕੇ ਆਈਏ? ਘਰੇ ਜਾਣਾ ਚਾਹੁੰਦੇ ਤੁਸੀਂ? ਪੈਸੇ ਚਾਹੀਦੇ ਮਾਂ ਤੈਨੂੰ? ਨਾ ਬਸ ਲੈ ਲਾ ਮਾਂ ਥੋੜੇ ਜਿਹੇ ਲੈ ਲਾ ਲੈ ਲਾ ਮਾਂ ਬਸ ਲੈ ਲਾ ਚੱਲ ਕੋਈ ਨਾ ਬਾਪੂ ਸੋਹਣ ਸਿੰਘ ਜੀ ਮਾਤਾ ਜੀ ਦੇ ਘਰੋਂ ਚੜ੍ਹਾਈ ਕਰਕੇ 25-26 ਸਾਲ ਪਹਿਲਾਂ ਬੇਬੇ ਦੱਸਦੀ ਹੈ ਬਾਪੂ 26 ਸਾਲ ਤੋਂ ਵੀ ਉੱਪਰ ਹੋ ਗਿਆ 26 ਸਾਲ ਤੋਂ ਵੀ ਉੱਪਰ ਹੋ ਗਿਆ 28 ਸਾਲ 27-28 ਸਾਲ ਹੋ ਗਏ ਦੋ ਪੁੱਤ ਆ ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾਂ ਅੱਜ ਇਹਨਾਂ ਮਾਵਾਂ ਦਾ ਕਸੂਰ ਕੀ ਹੈ ਦੱਸਿਆ ਜਾਵੇ ਮਾਂ ਕਹਿੰਦੀ ਜਦੋਂ ਪਾਕਿਸਤਾਨ ਬਣਿਆ ਸੀਗਾ ਰਾਵਲਪਿੰਡੀ ਤੋਂ ਆਈ ਸੀ ਮੈਂ 15-16 ਸਾਲਾਂ ਦੀ ਸੀ ਉਦੋਂ ਲੈਲਪੁਰ ਤੋਂ ਸੱਚ ਲੈਲਪੁਰ ਤੋਂ ਅੱਜ ਇਹਨਾਂ ਮਾਵਾਂ ਨੂੰ ਦਰਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਅੱਜ ਧੰਨਵਾਦ ਕਰਦੇ ਹਾਂ ਅਸੀਂ ਸਾਡੀ ਮੇਲਕੋਟਲ ਵਾਲੀ ਪੂਰੀ ਟੀਮ ਦਾ ਅਮਰਜੀਤ ਵੀਰੇ ਹੋਣੀ ਸਾਰੇ ਵੀਰੇ ਹੋਣੀ ਖੜ੍ਹੇ ਨੇ ਸਾਡੇ ਬਾਈ ਜੀ ਵਾਹਿ ਖਾਲਸਾ ਵਾਹਿ ਫਤਿਹ ਅਤੇ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਮਾਂ ਪਿਛਲੇ 1 ਸਾਲ ਤੋਂ ਇਸ ਗੁਰੂ ਘਰ ਦੇ ਵਿੱਚ ਰਹਿ ਰਹੇ ਨੇ ਦੇਖੋ ਅੱਗੇ ਵੀ ਅਸੀਂ ਅਕਸਰ ਆਪਾਂ ਗੱਲ ਕਰਦੇ ਹਾਂ ਵੀ ਗੁਰੂ ਘਰਾਂ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਸਾਡਾ ਕੋਈ ਸਿੱਖ ਜਾਂ ਬਾਪੂ ਜਾਂ ਬਜ਼ੁਰਗ ਮਾਂ ਕੋਈ ਬਾਹਰ ਸੜਕਾਂ ਦੇ ਉੱਤੇ ਦਰ ਦਰ ਦੀਆਂ ਠੋਕਰਾਂ ਖਾਣ ਤਾਂ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਫਰਜ਼ ਬਣਦਾ ਵੀ ਉਹਨਾਂ ਦੀ ਠਹਿਰ ਬਣਾਈ ਜਾਵੇ ਉਹਨਾਂ ਨੂੰ ਉਸ ਗੁਰੂ ਦੇ ਘਰ ਵਿੱਚ ਜਗ੍ਹਾ ਦਿੱਤੀ ਜਾਵੇ ਅਤੇ ਸਹੀ ਮਹੀਨਿਆਂ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਸੰਤ ਮਾਤਾ ਰਾਧਾ ਬਾਈ ਜੀ ਦੇ ਗੁਰੂ ਘਰ ਦੇ ਵਿੱਚ ਇਸ ਮਾਂ ਨੂੰ ਪਿਛਲੇ 1 ਸਾਲ ਤੋਂ ਸਿਰ 'ਤੇ ਛੱਤ ਮਿਲੀ ਹੋਈ ਆ ਖਾਣ ਨੂੰ ਦਾਲ ਫੁਲਕਾ ਪ੍ਰਸ਼ਾਦਾ ਅਤੇ ਬਹੁਤ ਧੰਨਵਾਦੀ ਹਾਂ ਪੂਰੇ ਗੁਰਦੁਆਰਾ ਕਮੇਟੀ ਦੇ ਅਤੇ ਬਹੁਤ ਧੰਨਵਾਦੀ ਹਾਂ ਸਾਡੀ ਮੇਲਕੋਟਲਾ ਟੀਮ ਦੇ ਅਮਰਜੀਤ ਵੀਰੇ ਉਹਨਾਂ ਦੇ ਸਾਰੇ ਟੀਮ ਮੈਂਬਰ ਜਿਨ੍ਹਾਂ ਦੇ ਕਰੀਬ ਪਿਛਲੇ 2-3 ਮਹੀਨਿਆਂ ਤੋਂ ਸਾਡੇ ਨਾਲ ਸੰਪਰਕ ਸੀ ਇਸ ਮਾਤਾ ਜੀ ਨੂੰ ਲੈ ਕੇ ਜਾਣ ਵਾਸਤੇ ਪਰ ਹਰ ਇੱਕ ਚੀਜ਼ ਹਰ ਇੱਕ ਸਮਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੇ 'ਚ ਆ ਅੱਜ ਬਣਿਆ ਸਬੱਬ ਅਸੀਂ ਮੇਲਕੋਟਲੇ ਪਹੁੰਚੇ ਹਾਂ 1 ਸਾਲ ਹੋ ਗਿਆ ਰਾਮ ਕੌਰ ਮਾਤਾ ਨੂੰ ਗੁਰੂ ਘਰ 'ਚ ਰਹਿੰਦੇ ਹਾਂ ਜਿਵੇਂ ਤੁਹਾਨੂੰ ਦੱਸਿਆ ਅਤੇ 4-5 ਸਾਲ ਹੋ ਗਿਆ ਮਾਂ ਨੂੰ ਇੱਦਾਂ ਦਰ ਦਰ ਦੀਆਂ ਠੋਕਰਾਂ ਖਾਂਦੀ ਨੂੰ ਵੱਡਾ ਪੁੱਤ ਆ ਗਾਂ ਉਹਦੇ ਬੱਚੇ ਵੀ ਆ ਚਲੋ ਦੁੱਖ ਤਾਂ ਇਸ ਗੱਲ ਦਾ ਵੀ ਬਹੁਤ ਆ ਵੀ ਬੇਬੇ ਦਾ ਪੋਤਾ ਸੀ ਜਿਹੜਾ ਉਹਦੀ ਹਾਰਟ ਅਟੈਕ ਦੇ ਨਾਲ ਡੈਥ ਹੋ ਗਈ ਨੌਜਵਾਨ ਸੀ ਜੰਗ ਸੀ ਉਹਦੇ ਅੱਗੇ 2 ਬੱਚੇ ਆ ਨਿੱਕੇ ਨਿੱਕੇ ਅਤੇ ਜਿਹੜਾ ਮਾਤਾ ਜੀ ਦਾ ਬੇਟਾ ਵਾ ਵੱਡਾ ਉਹ ਕਹਿੰਦਾ ਵੀ ਮੇਰੀ ਵਾਈਫ ਵੀ ਠੀਕ ਨਹੀਂ ਰਹਿੰਦੀ ਉਹ ਵੀ ਬਿਮਾਰ ਆ ਬੇਟੇ ਦੀ ਡੈਥ ਤੋਂ ਬਾਅਦ ਵੀ ਮੈਂ ਉਹਨੂੰ ਸਾਂਭਾਂ ਕਿ ਇਹਨੂੰ ਸਾਂਭਾਂ ਵੀ ਮੈਂ ਇਹਨੂੰ ਸੰਭਾਲ ਨਹੀਂ ਸਕਦਾ
ਤੇ ਦੂਸਰਾ ਪੁੱਤ ਬੇਬੇ ਦਾ ਛੋਟਾ ਵਾ ਜਿਹੜਾ ਉਹ ਸਾਡੀ ਟੀਮ ਦੇ ਕਿਸੇ ਦੇ ਵੀ ਸੰਪਰਕ 'ਚ ਨਹੀਂ ਆਇਆ, ਉਹਦੇ ਬਾਰੇ ਸਾਨੂੰ ਨੌਲੇਜ ਨਹੀਂ। ਵੱਡੇ ਨਾਲ ਤੁਹਾਡੀ ਗੱਲ ਹੋਈ ਸੀ ਨਾ, ਉਹਨੇ ਕੀ ਕਿਹਾ ਤੁਹਾਨੂੰ? ਬਸ ਉਹ ਕਹਿੰਦਾ ਕਿ ਮੈਂ ਰੱਖ ਨਹੀਂ ਸਕਦਾ, ਬਈ ਮੇਰੀ ਆਹ ਪ੍ਰੋਬਲਮ ਹੈ, ਬਈ ਮੇਰੀ ਘਰ ਵਾਲੀ ਵੀ ਆਹ ਮੰਜੇ 'ਤੇ ਪਈ ਹੈ, ਬਈ ਮੇਰੇ ਬੱਚੇ ਦੀ ਡੈਥ ਹੋ ਗਈ ਅਟੈਕ ਆ ਗਿਆ ਸਾਲ ਦੇ ਸਕੂਟਰ ਦੇ ਵਿੱਚ, ਅਤੇ ਇਸ ਕਰਕੇ ਮੈਂ ਮੇਰੇ ਵੱਲੋਂ ਜਵਾਬ ਹੈ ਤੁਸੀਂ ਮਾਪੇ ਜਿੱਥੇ ਮਰਜ਼ੀ ਲੈ ਜਾਓ, ਜਿੱਥੇ ਮਰਜ਼ੀ ਰੱਖੋ, ਆਪਾਂ ਨੂੰ ਕੋਈ ਦਿੱਕਤ ਨਹੀਂ। ਚਲੋ, ਕਿਉਂਕਿ ਸੇਵਾ ਵੀ ਭਾਗਾਂ ਨਾਲ ਕਰਮਾਂ ਨਾਲ ਮਿਲਦੀ, ਸ਼ਾਇਦ ਉਹਦੇ ਕਰਮਾਂ 'ਚ ਨਹੀਂ ਮਾਂ ਦੀ ਸੇਵਾ ਲਿਖੀ ਹੋਈ, ਪਰ ਸੰਗਤ ਨੂੰ ਬੇਨਤੀ ਆ, ਭੈਣਾਂ ਭਰਾਵਾਂ ਨੂੰ ਬੇਨਤੀ ਆ ਵੀ ਇਸ ਤਰ੍ਹਾਂ ਸਾਡੀਆਂ ਮਾਵਾਂ ਕਈ ਵਾਰੀ ਵਕਤ ਦੇ ਕੁਛ ਬਾਂਹ ਬਰੋਲੇ ਇੱਦਾਂ ਦੇ ਚੱਲਦੇ ਆ, ਮਾਤਾਵਾਂ ਸਾਡੀਆਂ ਜਾਂ ਬਾਪੂ ਬਜ਼ੁਰਗ ਸਾਡੇ ਜਾਂ ਨੌਜਵਾਨ ਵੀਰ ਜਾਂ ਭੈਣਾਂ ਇਸ ਤਰ੍ਹਾਂ ਦੇ ਹਾਲਾਤਾਂ 'ਚ ਪਹੁੰਚ ਜਾਂਦੇ ਨੇ ਜਿਸ ਤਰ੍ਹਾਂ ਦੇ ਤੁਸੀਂ ਬੇਬੇ ਰਾਮ ਕੌਰ ਨੂੰ ਦੇਖਦੇ, ਅਤੇ ਸਾਡਾ ਫਰਜ਼ ਬਣਦਾ ਸਾਰਿਆਂ ਦਾ ਵੀ ਅਸੀਂ ਹਾਰਾ ਨਾਰਾ ਤਾਂ ਮਾਰੀਏ, ਘੱਟੋ ਘੱਟ ਹਾਲ ਚਾਲ ਤਾਂ ਪੁੱਛੀਏ, ਦੁੱਖ ਤਾਂ ਸੁਣੀਏ, ਦੋ ਮਿੰਟ ਗੱਲ ਤਾਂ ਕਰੀਏ ਬੈਠ ਕੇ ਕਦੇ। ਹੁਣ ਇਸ ਗੁਰੂ ਘਰ ਦੇ ਵਿੱਚ ਮਾਂ ਦੱਸਦੀ ਆ ਬਰਸੀ ਅਤੇ ਉਹਨਾਂ ਦੇ ਬੇਟੇ ਵੀ ਆ ਜਾਂਦੇ ਮੱਥਾ ਟੇਕ ਕੇ ਜਾਂਦੇ, ਰੱਬ ਤੋਂ ਕੀ ਮੰਗਦੇ ਆ ਇਹ ਰੱਬ ਹੀ ਜਾਣਦਾ, ਕਿਉਂਕਿ ਰੱਬ ਤਾਂ ਘਰੋਂ ਕੱਢਦਾ, ਰੱਬ ਤਾਂ ਉਹਨਾਂ ਦੇ ਘਰ ਸੀ, ਅਤੇ ਹੋਰ ਵੀ ਰਿਸ਼ਤੇਦਾਰ ਮਾਂ ਦੱਸਦੀ ਆਉਂਦੇ ਇੱਥੇ, ਪਰ ਅੱਜ ਦੇ ਸਮਾਜ ਦੀ ਟੁੱਟਦੀਆਂ ਹੋਈਆਂ ਲਹੂ ਦੀਆਂ ਤੰਦਾਂ ਦੀ ਜਿਉਂਦੀ ਜਾਗਦੀ ਮਿਸਾਲ ਆ ਮਾਂ ਰਾਮ ਕੌਰ। ਬੜਾ ਔਖੇ ਹੋ ਕੇ ਪਾਲੇ ਹੋਣੇ ਮਾਂ ਕੇ ਨੇ ਪੁੱਤ, 26 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਸਿਰ ਦੇ ਸਾਈ ਨੂੰ ਗਏ ਨੂੰ, ਅਤੇ ਉਦੋਂ ਬਾਅਦ 'ਚ ਹੀ ਵਿਆਹੇ ਨੇ, ਛੋਟੀ ਹੁੰਦੀ ਛੋਟੇ ਛੋਟੇ ਹੁੰਦੇ ਸੀ ਜਦੋਂ, ਉਦੋਂ ਕਿਵੇਂ ਮਾਂ ਨੇ ਸੰਭਾਲੇ ਹੋਣੇ ਆਪਦੇ ਪੁੱਤ, ਪਰ ਅੱਜ ਉਸ ਮਾਂ ਨੂੰ ਸੰਭਾਲਣ ਲਈ ਕੋਈ ਵੀ ਨਹੀਂ ਹੈਗਾ। ਮਰੇਲਕੋਟਲਾ ਸ਼ਹਿਰ, ਗੁਰਦੁਆਰਾ ਸਾਹਿਬ, ਸੰਤ ਮਾਤਾ ਰਾਧਾ ਬਾਈ, ਅਸੀਂ ਮਾਤਾ ਰਾਮ ਕੌਰ ਜੀ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਜਾਂਦੇ, ਸਾਡੇ ਨਾਲ ਭੈਣ ਹਰਜੀਤ ਭੈਣ ਜੀ, ਸਾਡੇ ਟੀਮ ਦੇ ਮੈਂਬਰ ਨਵਨੀਤ ਭੈਣ ਜੀ, ਨਵਨੀਤ ਭੈਣ ਖੁਦ ਵੀ ਆਪ ਇੱਦਾਂ ਦੇ ਹਾਲਾਤਾਂ 'ਚੋਂ ਕਿਸੇ ਟਾਈਮ ਆਏ ਹੋਏ ਨੇ ਬਾਹਰ, ਇਸ ਤੋਂ ਵੀ ਬਦਤਰ, ਪਰ ਅੱਜ ਸਾਡੇ ਪਰਿਵਾਰ ਦੇ ਇਹ ਮੈਂਬਰ ਇਸ ਸਮਾਜਿਕ ਸੇਵਾਵਾਂ ਦੇ ਵਿੱਚ ਸਾਡੇ ਨਾਲ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ, ਅਤੇ ਬਹੁਤ ਧੰਨਵਾਦ ਆ ਅਮਰਜੀਤ ਬਾਈ ਉਹਨਾਂ ਦੇ ਅਤੇ ਮੇਲਕੋਟਲੇ ਵਾਲੀ ਸਾਡੀ ਪੂਰੀ ਟੀਮ ਦਾ। ਅਸੀਂ ਨਾ ਮਾਂ ਆਏ ਹਾਂ, ਮਾਵਾਂ ਦਾ ਘਰ ਬਣਿਆ ਹੋਇਆ ਸਾਡੇ ਕੋਲ, ਉੱਥੇ ਸਾਡੇ ਕੋਲ ਉੱਥੇ ਕਰੀਬ ਆ ਭੈਣ ਆ ਮੇਰੀ ਵੱਡੀ, ਆ ਵੱਡੀ ਭੈਣ ਆ ਮੇਰੀ, ਆਦਮੀ ਇਹ ਵੀ ਇਹ ਛੋਟੀ ਹੈ ਮੇਰੇ ਤੋਂ, ਆਹ ਛੋਟੀ ਭੈਣ ਆ ਮੇਰੀ, ਸਿਰ ਪੜੋਸ ਦੇ ਦਾ ਮਾਂ, ਇਹਦਾ ਸਿਰ ਪੜੋਸ ਦੇ ਮਾਂ, ਇਹਦਾ ਵੀ ਪੜੋਸ ਦੇ ਮਾਂ, ਹਾਂ। ਅਤੇ ਅਸੀਂ ਮਾਂ ਤੇਰੀ ਸੇਵਾ ਲੈਣ ਆਏ ਹਾਂ ਮਾਂ, ਮਨਾ ਨਾ ਕਰੀ, ਖਾਲੀ ਨਾ ਮੋੜੀ ਸਾਨੂੰ, ਅਸੀਂ ਚਾਹੁੰਦੇ ਹਾਂ ਮਾਂ ਤੂੰ ਇੱਥੇ ਨਹੀਂ ਸਾਡੇ ਘਰੇ ਰਵੇਂ, ਨਹੀਂ ਮਾਂ ਮੇਰੀ ਮਾਂ ਐਂ ਨਹੀਂ ਬੈਠੂਗੀ, ਸੋਹਣਾ ਬਿਸਤਰਾ ਮੰਜਾ, ਹੁਣ ਤੇਰੀ ਉਮਰ ਆ ਜਿਹੜੀ ਮਾਂ ਸੇਵਾ ਕਰਾਉਣ ਦੀ ਆ, ਹੁਣ ਅਸੀਂ ਤੇਰੀ ਸੇਵਾ ਕਰੀਏ, ਨਹੀਂ ਮਾਂ ਸੋਹਣੇ ਵਧੀਆ ਮਾਂ ਮੇਰੀ ਦੇ ਕੱਪੜੇ ਪਾਏ ਹੋਣ,
ਇਸ਼ਨਾਨ ਹੋਵੇ, ਰੋਜ਼ ਬਿਸਤਰਾ ਹੋਵੇ ਮਾਂ, ਹੋਰ ਕੀ ਚਾਹੀਦਾ ਮਾਂ ਇਸ ਉਮਰ 'ਚ? ਧਰਮਸ਼ਾਲਾ ਤੋੜਨ ਲੱਗੇ ਨੇ ਅਗਲੇ ਹਫ਼ਤੇ, ਮੇਰੀ ਗੱਲ ਸਮਝੋ। ਕੱਲ ਮੈਂਬਰ ਆਇਆ ਸੀ ਨਾ, ਉਰੇ ਖੜੇ ਸੀ ਨਾ ਰਾਤੀ ਸ਼ਾਮੀ, ਉਰੇ ਖੜੇ ਸੀ ਨਾ ਮੈਂਬਰ, ਉਹ ਧਰਮਸ਼ਾਲਾ ਤੋੜਨ ਲੱਗੇ ਨੇ ਅਗਲੇ ਹਫ਼ਤੇ ਤੋਂ। ਮੈਂ ਤਾਂ ਬਾਈ ਜੀ ਨੂੰ ਬੁਲਾਇਆ ਉਰੇ, ਬਈ ਤੁਹਾਨੂੰ ਲੈ ਕੇ ਜਾਣ, ਥੋੜੀ ਸਾਂਭ ਸੰਭਾਲ ਹੋ ਸਕੇ। ਸਾਡੇ ਕੋਲ ਹੋਰ ਕੋਈ ਰਸਤਾ ਹੈ ਨਹੀਂ ਮਾਂ, ਤਾਂ ਤੁਹਾਨੂੰ ਕਹਿ ਰਿਹਾ ਅਸੀਂ ਵੀ ਜਾਣਾ, ਦੋ ਮਹੀਨੇ ਬਾਅਦ ਅਸੀਂ ਚੱਲ ਜਾਣਾ, ਛੱਡ ਕੇ ਕੌਣ ਸਾਂਭੂਗਾ ਪਿੱਛੋਂ ਤੁਹਾਨੂੰ, ਤਾਂ ਕਹਿ ਰਿਹਾ। ਉਹ ਧਰਮਸ਼ਾਲਾ ਤੋੜਨੀ ਅਗਲੇ ਹਫ਼ਤੇ ਨੇ ਸ਼ੁਰੂ ਕਰ ਦੇਣੇ, ਮਿਸਤਰੀ ਲੱਗਣਗੇ। ਠੀਕ ਹੈ, ਮੇਰੀ ਗੱਲ ਸਮਝੋ, ਇੱਕ ਮੇਰੀ ਗੱਲ ਤਾਂ ਸੁਣੋ ਨਾ, ਪਹਿਲਾਂ ਮੇਰੀ ਗੱਲ ਤਾਂ ਸੁਣੋ ਨਾ। ਠੀਕ ਹੈ, ਉਸ ਤੋਂ ਬਾਅਦ ਦੋ ਮਹੀਨੇ ਬਾਅਦ ਅਸੀਂ ਵੀ ਚੱਲੇ ਹਾਂ ਇੱਥੋਂ ਛੱਡ ਕੇ, ਭਾਬੀ ਵੀ ਚੱਲੀ ਸਾਡੀ, ਮੈਂ ਵੀ ਚੱਲਿਆ, ਫਿਰ ਤੁਹਾਨੂੰ ਪਿੱਛੋਂ ਫਿਰ ਔਖਾ ਹੋਜੂ, ਸਾਂਭ ਸੰਭਾਲ ਕੌਣ ਕਰੂਗਾ ਤੁਹਾਡੀ? ਤੁਸੀਂ ਮੇਰੀ ਗੱਲ, ਇੱਕ ਮੇਰੀ ਗੱਲ, ਤੁਸੀਂ ਉੱਥੇ ਹਫ਼ਤਾ ਰਹਿ ਪਾਓ, ਜੇ ਤੁਹਾਨੂੰ ਨਾ ਵਧੀਆ ਲੱਗਿਆ ਤੁਹਾਨੂੰ ਦੱਸ ਦਿਓ, ਮੈਂ ਤੁਹਾਨੂੰ ਆ ਕੇ ਲੈ ਜੂੰਗਾ। ਇਹ ਲੈ ਆਉਣਗੇ ਤੁਸੀਂ? ਮੈਂ ਤੁਹਾਨੂੰ ਵਾਪਸ ਲਿਆਊਂਗਾ, ਮੈਂ ਤੁਹਾਨੂੰ ਵਾਅਦਾ ਕਰਦਾ ਇਸ ਚੀਜ਼ ਦਾ। ਮੇਰੀ ਗੱਲ ਤਾਂ ਸੁਣੋ ਨਾ, ਦਰਵਾਜ਼ੇ ਨੂੰ ਕੋਈ ਗੱਲ ਨਹੀਂ, ਉਹ ਤਾਂ ਦਰਵਾਜ਼ੇ ਹੁਣ ਟੁੱਟਣੇ ਨੇ ਸਾਰੇ, ਤੋੜਨਗੇ ਕਮਰੇ, ਉਹ ਕਮਰੇ ਸਾਰੇ ਤੋੜਨੇ ਨੇ ਮਾਂ ਮੇਰੀ, ਕਮਰੇ ਸਾਰੇ ਤੋੜਨਗੇ। ਕਿੱਥੇ ਰਹੋਗੇ ਪਹਿਲਾਂ ਮੈਂ ਤਾਂ ਦੱਸ ਦਿਓ, ਇੱਕ ਵਾਰ ਤਾਂ ਦੱਸ ਦਿਓ ਵੀ ਇੱਥੇ ਰਹੂੰਗੀ ਮੈਂ, ਕਿੱਥੇ ਰਹੋਗੇ ਦੱਸੋ, ਮੰਨੀ ਦੀ ਹੁੰਦੀ ਹੈ ਗੱਲ। ਮੈਂ ਬਾਈ ਸਪੈਸ਼ਲ ਬੁਲਾਇਆ, ਕਿਰਾਏ ਤੇ ਲੈ ਲੂ, ਕਿੱਥੇ ਕਿਰਾਏ ਤੇ ਲਓਗੇ ਮਾਂ? ਤੁਸੀਂ ਮੇਰੇ ਕਿਸੇ ਦੇ ਇੱਕ ਵਾਰ ਤਾਂ ਹਫ਼ਤਾ ਰਹਿ ਦੋ। ਮੁੜੇ ਆਈ ਮਾਂ, ਜੇ ਨਾ ਠੀਕ ਲੱਗਿਆ ਮੁੜੇ ਆਈ, ਵਾਅਦਾ ਕਰਦਾ ਮੈਂ ਵਾਪਸ ਲਿਆਊਂਗਾ, ਮੇਰੇ ਤੇ ਵਿਸ਼ਵਾਸ ਨਹੀਂ ਹੈਗਾ। ਬਸ ਠੀਕ ਆ, ਮੇਰੇ ਤੇ ਵਿਸ਼ਵਾਸ ਨਹੀਂ ਹੈਗਾ, ਪਹਿਲਾਂ ਮੈਨੂੰ ਐਂ ਦੱਸ ਦਿਓ, ਫਿਰ ਦੱਸੋ, ਜੇ ਤੁਹਾਨੂੰ ਨਹੀਂ ਵਿਸ਼ਵਾਸ ਹੈਗਾ ਫਿਰ ਰਹਿਣ ਦਿਓ, ਜੇ ਵਿਸ਼ਵਾਸ ਹੈਗਾ ਦੇਖ ਲਓ। ਤੇ ਜਦੋਂ ਤੁਸੀਂ ਛੱਡੋਗੇ ਫਿਰ ਮੈਂ ਵੀ ਛੱਡਾਂਗਾ। ਹੈ ਕਿਵੇਂ? ਅਜੇ ਮੈਨੂੰ ਰਹਿਣ ਦਿਓ। ਨਹੀਂ ਮਾਂ, ਮੇਰੀ ਮੰਨੀ ਦੀ ਹੁੰਦੀ ਹੈ ਗੱਲ, ਮੈਨੂੰ ਰਹਿਣ ਦਿਓ। ਮੈਂ ਤੁਹਾਡੇ ਪੈਰ ਹੀ ਪਹਿਲਾਂ ਮੰਨੇ, ਐਂ ਨਾ ਕਰੋ ਬੇਨਤੀ ਕਰਦੇ, ਹੱਥ ਜੋੜ ਕੇ ਬੇਨਤੀ। ਤੰਗੀ ਨੀ ਹੈਗੀ, ਉਹ ਤੋੜਨਗੇ ਮਾਤਾ ਧਰਮਸ਼ਾਲਾ ਤੋੜਨਗੇ, ਫਿਰ ਕਿੱਥੇ ਰਹੋਗੇ? ਕੌਣ ਸਾਂਭ ਸੰਭਾਲ ਕਰੂਗਾ? ਕਿਹੜੇ ਰਿਸ਼ਤੇਦਾਰਾਂ ਚਲੇ ਜਾਓਗੇ? ਮਾਤਾ ਪਹਿਲਾਂ ਤਾਂ ਤੁਹਾਨੂੰ ਸਾਂਭ ਨੀ, ਜਦ ਤੁਸੀਂ ਸਾਨੂੰ ਤੰਗ ਮਤਲਬ ਕਹਿੰਦੇ ਸੀ ਸਾਨੂੰ ਇੱਥੇ ਰੱਖਿਆ ਤਾਂ ਰੱਖਿਆ, ਕਮਰਾ ਲੈ ਕੇ ਕਹਿੰਦੇ ਸੀ ਨਾ ਤੁਸੀਂ, ਕਿੰਨਾ ਤੁਸੀਂ ਸਾਨੂੰ ਕਹਿੰਦੇ ਸੀ ਕਮਰਾ ਬਣ ਕੇ ਆਖੇ ਲਾ ਗਏ? ਮੈਂ ਅਸੀਂ ਕੋਈ ਤੇਤੋਂ ਗਲਤ ਚੀਜ਼ ਥੋੜੀ ਮੰਗੀ ਹੈ ਮਾਂ, ਇੱਕ ਵਾਰ ਮੇਰੀ ਗੱਲ, ਸੇਵਾ ਮੰਗੀ ਹੈ, ਦੱਸ ਦਿੰਦੇ ਮੇਰੇ ਕਹੇ ਤੇ ਇੱਕ ਹਫ਼ਤਾ ਕਿ ਚੱਲੋ ਚੰਨਾ, ਤੁਸੀਂ ਇਸ ਤਰ੍ਹਾਂ ਮੇਰੇ ਨਾਲ ਕਰਦੇ ਹੋਣ, ਤੰਗੀ ਜਿਹੜੀ ਤੰਗੀ ਹੈ ਦੱਸੀ, ਮੈਂ ਕੁਝ ਨਹੀਂ ਜਾਂਦੀ। ਨਹੀਂ ਤੰਗੀ ਵਾਲੀ ਕੋਈ ਗੱਲ ਨਹੀਂ ਹੈ, ਅਸੀਂ ਕਹਿੰਦਾ ਤੁਹਾਡਾ ਫੁਲਕਾ ਵੀ ਲੰਗਰ ਹੀ ਖਾ ਲੈਣੇ ਆ, ਪੈ ਜਾਂਦੇ ਮਾਂ, ਕੱਪੜੇ ਦੇ ਕਿੰਨੇ ਗੰਦੇ ਆ ਮਾਂ, ਕੱਪੜੇ ਕਿੰਨੇ ਗੰਦੇ ਹੋਏ ਪਏ ਆ। ਅਸੀਂ ਕਹਿੰਦਾ ਜਿਹੜਾ ਤੁਹਾਡਾ ਬਾਕੀ ਸਮਾਂ ਬੱਚੇ ਵਧੀਆ ਤਰੀਕੇ ਨਾਲ ਨਿਕਲ ਸੀ, ਇਹ ਚਾਹੁੰਦੇ ਆ, ਹੋਰ ਕੋਈ ਗੱਲ ਨਹੀਂ ਹੈਗੀ। ਸਿਆਲ ਨਿਕਲ ਗਿਆ ਹੁਣ, ਅਗਲੇ ਮਹੀਨੇ ਫਿਰ ਗਰਮੀ ਆ ਜਾਣੀ ਹੈ, ਸਰੀਰ ਦਾ ਕੋਈ ਪਤਾ ਨਹੀਂ, ਕੰਬੜੀ ਮੇਰੀ ਛਿੜ ਜਾਂਦੀ ਹੈ ਬਸ। ਤਾਂ ਹੀ ਕਹਿ ਰਹੇ ਵੀ ਤੂੰ ਵਧੀਆ ਤਰੀਕੇ ਨਾਲ ਅੱਗੇ ਰਹੋ, ਜੋ ਥੋੜੇ ਜਿਹੜੇ ਸਵਾਸ ਹੈਗੇ ਨੇ ਵਧੀਆ ਤਰੀਕੇ ਨਾਲ, ਸਾਡੇ ਅੰਦਰ ਹਸਪਤਾਲ ਵੀ ਆ, ਇਲਾਜ ਵੀ ਹੋਊਗਾ, ਧੁੱਪਾਂ ਲੱਗਣ ਦੇ, ਅਜੇ ਗਰਮੀ ਆਊ ਫਿਰ ਦੇਖ। ਮੇਰੀ ਗੱਲ ਤਾਂ ਸੁਣੋ, ਇੱਕ ਹਫ਼ਤਾ ਸਿਰਫ ਰਹਿ ਪਓ, ਇੱਕ ਹਫ਼ਤੇ ਦੀ ਗੱਲ ਕਿੰਨੀ ਕੁ ਗੱਲ ਹੁੰਦੀ ਹੈ, ਸਾਡੇ ਤਾਂ ਇੰਨਾ ਵਿਸ਼ਵਾਸ ਨਹੀਂ ਹੈਗਾ। ਇੱਕ ਹਫ਼ਤੇ ਨਹੀਂ, ਠੰਡ ਨਹੀਂ ਹੈਗੀ, ਉਹ ਤਾਂ ਕੁਛ ਵੀ ਨਹੀਂ ਹੈਗਾ, ਤੁਸੀਂ ਇੱਕ ਵਾਰ ਸਾਡੇ ਕਿਸੇ ਦੇ ਬਣਾ ਤੋਂ ਪ੍ਰੋਗਰਾਮ ਹੈ ਕਿਉਂ ਕਰਦੇ ਹੋ? ਇੱਥੇ ਮਾਤਾ ਜੀ ਸੌਂਦੇ ਨੇ ਜੀ, ਇੱਥੇ ਪੈਂਦੇ ਆ ਮਾਤਾ ਜੀ ਆਹ ਕਮਰੇ ਦੇ ਵਿੱਚ। ਦੇਖੋ ਇਕੱਲੇ ਬੰਦੇ ਦਾ ਹੈ ਨਾ ਕੀ ਆ ਪੈਣਾ, ਚਾਹੇ ਛੱਤ ਮਿਲ ਗਈ ਆ, ਪਰ ਉਹ ਅਹਿਸਾਸ ਹੀ ਨਹੀਂ। ਖਾਲੀ ਕਮਰਾ, ਇੱਕ ਮੰਜਾ, ਉਹ ਵੀ ਇਹਨਾਂ ਵੀਰਾਂ ਨੇ ਬਿਸਤਰਾ ਦਿੱਤਾ ਹੋਇਆ। ਪਰ ਜਿਹੜਾ ਇੱਕ ਮਾਂ ਨੂੰ ਇਸ ਉਮਰ 'ਚ ਚਾਹੀਦੀ ਆ ਚੀਜ਼, ਉਹ ਇੱਥੇ ਕਿੱਥੇ ਉਪਲਬਧ ਹੋ ਸਕਦੀ ਆ? ਹੈ ਨਾ, ਰਾਤ ਬਰਾਤੇ ਢਿੱਲੀ ਮੱਠੀ ਹੋ ਜਾਵੇ, ਕੋਈ ਗੱਲਬਾਤ ਹੋ ਜਾਵੇ। ਮੈਂ ਦੇਖੋ ਵਾਸ਼ਰੂਮ 'ਚ
ਦੇਖੋ ਕੀ ਹਾਲ ਆ, ਕਿਉਂਕਿ ਮਾਤਾ ਜੀ ਪੂਰੇ ਠੀਕ ਨਹੀਂ ਹੈਗੇ ਫਿਜ਼ੀਕਲੀ ਵੀ ਉਸ ਵਿਚਾਰੀ ਨੂੰ। ਇਹਨੂੰ ਟੋਇਲਟ ਕਿਵੇਂ ਕਰਦੇ ਜੀ? ਉਹ ਟੋਇਲਟ ਇੱਥੇ ਬੈਠਦੇ ਕਿਵੇਂ ਹੋਣੇ? ਉਹ ਤਾਂ ਸਾਰਾ ਹੀ ਭਰਿਆ ਪਿਆ ਉੱਪਰ ਤੱਕ ਪ੍ਰੋਪਰ ਫੁੱਲ। ਪੇਂਦਰੀ ਵਾਸ਼ਰੂਮ ਯੂਜ ਕਰਦੇ ਹੋਣੇ? ਅੱਛਾ ਇੱਧਰ ਹੈਗਾ, ਕਿਉਂਕਿ ਮਾਤਾ ਨੂੰ ਬਾਹਲੀ ਸੋਝੀ ਵੀ ਹੈ ਨੀ ਨਾ ਨਹਾਉਣ ਧੋਣ ਦੀ। ਅੱਜ ਇੱਥੇ ਵੀ ਹੁਣ ਬਾਹਰ ਹੀ ਪਈ ਹੈ, ਲੈਟਰੀਨ ਸਾਰਾ ਭਰਿਆ ਪਿਆ। ਕੱਪੜੇ ਪਾਏ ਸਿਆਲਾਂ ਚ, ਸਾਰੇ ਸਿਆਲ ਇਹਨਾਂ ਕੱਪੜਿਆਂ ਚ ਮਹਿੰਗੇ ਨੀਲੇ ਕੱਪੜੇ ਆਹੀ ਪਾਇਆ ਪੂਰੇ ਸਿਆਲ ਚ। ਇਹ ਨਾਲ ਚੱਲਦੇ ਨੇ, ਇਹਦੇ ਘਰ ਨਾਲ ਕਹੇ ਦਾ ਕੋਈ ਨਾ ਕੋਈ ਉਹ ਕਰਦਾ ਨਹੀਂ। ਕਮਰੇ ਦੇ ਹਾਲਾਤ ਦੇਖੋ ਕਹਿ ਜੋ ਬੰਦੇ ਜਿੱਥੇ ਤੁਸੀਂ ਰਹਿੰਦੇ ਹੋ, ਖੜਨ ਨਹੀਂ ਸਕਦਾ ਬੰਦਾ। ਮਾਂ ਅੰਦਰ ਦੇਖਦਾ ਲੈਟਰੀਨ ਭਰੀ ਪਈ ਆ, ਉਹਦੇ ਚ ਕਿਵੇਂ ਟਾਇਲਟ ਕਿਵੇਂ ਜਾਣਦੇ ਹੋ ਤੁਸੀਂ? ਤੈਨੂੰ ਇਹਦੇ ਨਾਲ ਬਹੁਤ ਵਧੀਆ ਲੱਗੇਗਾ ਉੱਥੇ, ਨਹੀਂ ਵਧੀਆ ਲੱਗਾ ਤੂੰ ਫੇਰ ਤਾਂ ਦੋ ਦਿਨਾਂ ਬਾਅਦ ਲਿਆਵਾਂ ਦੋ। ਹਾਂ ਮਾਂ, ਲੈਟਰੀਨ ਕਿਵੇਂ ਜਾਣਦੇ ਹੋ? ਲੈਟਰੀਨ ਕਿਵੇਂ ਕਿੱਥੇ ਜਾਣਦੇ ਹੋ? ਉਹਦਾ ਭਰਿਆ ਪਿਆ ਸਾਰਾ ਹੀ ਉੱਥੇ, ਬਹੁਤ ਵਧੀਆ ਲੱਗੇਗਾ ਤੁਹਾਨੂੰ, ਤੁਸੀਂ ਆਪ ਕਹੋਗੇ ਖੁਸ਼ ਆ ਉੱਥੇ। ਮੈਂ ਨਹੀਂ ਆ ਰਿਹਾ, ਅਸੀਂ ਦੋ ਦਿਨ ਬਾਅਦ ਫੇਰ ਲੈ ਆਵਾਂਗੇ ਤੁਹਾਨੂੰ ਵਾਪਸ। ਮੈਂ ਤੁਹਾਡੇ ਨਾਲ ਚੱਲਦਾ ਨਾ ਮੇਰੀ ਗੱਲ ਤਾਂ ਸੁਣੋ ਜੇ ਨਾ ਵਧੀਆ ਲੱਗਿਆ ਮੈਂ ਮੁੜੇ ਹੀ ਲਿਆਊਂਗਾ, ਵਾਪਸ ਲਿਆਊਂਗਾ, ਇੱਥੇ ਹੀ ਲੈ ਕੇ ਆਊਂਗਾ। ਚੱਲ ਵਾ ਚੱਲ ਚੱਲ ਮੇਰੀ ਬੇਬੇ, ਚੱਲ ਚੱਲ ਮੇਰੀ ਬੇਬੇ। ਮੈਂ ਤੰਗੀ ਨਹੀਂ ਆ ਮਾਂ, ਤੰਗੀ ਨਹੀਂ ਹੈਗੀ ਨਾ ਮਾਂ। ਤੇਰੇ ਭਲਾਈ ਵਾਸਤੇ ਲੈ ਕੇ ਚੱਲੇ, ਤੇਰੀ ਭਲਾਈ ਵਾਸਤੇ ਮਾਂ ਤੁਹਾਨੂੰ ਸਤਿਕਾਰ ਦੇਣਾ ਚਾਹੁੰਦੇ ਆ, ਕੋਈ ਤੁਹਾਨੂੰ ਧੱਕਾ ਨਹੀਂ ਕਰ ਰਿਹਾ, ਅਸੀਂ ਤੈਨੂੰ ਮਿਲਣ ਵੀ ਆਵਾਂਗੇ, ਇਹ ਗੱਲ ਨਹੀਂ ਹੈਗੀ, ਤੇਰੀ ਭਲਾਈ ਵਾਸਤੇ ਹੀ ਚੱਲੇ। ਯਾਰ ਨਾ ਕਰੋ, ਜਦ ਮਾਂ ਨੇ ਜਾਣਾ ਫਿਰ ਤੁਸੀਂ ਮੈਨੂੰ ਕਿਉਂ ਜਾਂਦੇ ਹੋ? ਕਿਉਂਕਿ ਮਾਂ ਇੱਥੇ ਸੜਕਾਂ ਤੇ ਐ ਥੋੜੀ ਰਹੇਗੀ ਸਾਡੀ ਮਾਂ, ਅਸੀਂ ਤਾਂ ਲੈ ਕੇ ਜਾਂਦੇ ਵੀ ਸਾਡੀ ਮਾਂ ਰੁੜਦੀ ਆ। ਦਰਵਾਜ਼ੇ ਲੋਕ ਲਾ ਲੋਕ ਲਾ ਮੈਂ ਨਾਲੀ ਵਾਪਸ ਦਿਓ, ਠੀਕ ਹੈ? ਰੋਣਾ ਨੀ ਹੈਗਾ, ਹੁਣ ਖੁਸ਼ ਹੋ ਕੇ ਜਾਓ, ਖੁਸ਼ ਹੋ ਕੇ ਜਾਣਾ, ਖੁਸ਼ ਹੋ ਕੇ ਜਾਓ। ਜਿੱਦੋ ਜਹਿਦ ਕਰਕੇ ਮਾਤਾ ਨੂੰ ਸਮਝਾ ਬੁਝਾ ਕੇ ਪਿਆਰ ਨਾਲ ਹੁਣ ਅਸੀਂ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਹਾਂ ਜੀ। ਮਾਂ ਫਿਕਰ ਨਹੀਂ ਕਰਨਾ ਤੂੰ, ਆਪਾਂ ਹੁਣ ਤੈਨੂੰ ਅਮਰਜੀਤ ਵੀ ਦਾ ਨਾਲ ਹੀ ਜਾ ਰਿਹਾ, ਤੈਨੂੰ ਜੇ ਨਾ ਵਧੀਆ ਲੱਗੇ ਛੱਡ ਜਾਵਾਂਗੇ ਵਾਪਸ, ਫਿਕਰ ਨਾ ਕਰ। ਤੇਰੇ ਨਾਲ ਬਾਹਲਾ ਕਮਰੇ ਨੂੰ ਜਿੰਦਾ ਲਾਤਾ ਵਾ, ਚਾਬੀ ਅਮਰਜੀਤ ਕੋਲ ਆ। ਚਲੋ ਹੁਣ ਮਾਤਾ ਜੀ ਸਾਡੇ ਨਾਲ ਜਾਣ ਲਈ ਐਗਰੀ ਹੋ ਗਏ ਨੇ, ਅਤੇ ਮਾਤਾ ਜੀ ਨੂੰ ਲੈ ਕੇ ਅਸੀਂ ਸੁਪਨਿਆਂ ਦੇ ਘਰ ਜਾ ਰਹੇ ਹਾਂ, ਜਿੱਥੇ ਰਹਿ ਕੇ ਮਾਂ ਸਾਡੀ ਇਹ ਆਪਣਾ ਬੁਢਾਪੇ ਦੇ ਜਿਹੜੇ ਸੁੱਖ ਲੈਣ ਦੇ ਦਿਨ ਆ, ਉੱਥੇ ਰਹਿ ਕੇ ਮਾਂ ਇੱਕ ਮਾਣ ਸਤਿਕਾਰ ਭਰਿਆ ਜੀਵਨ ਬਤੀਤ ਕਰ ਸਕੇ। ਸਮਝਾ ਬੁਝਾ ਕੇ ਮਾਤਾ ਜੀ ਨੂੰ ਨਾਲ ਲੈ ਕੇ ਚੱਲੇ ਹਾਂ ਜੀ ਅਸੀਂ।
ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ, ਮਾਂ ਦੀ ਸੇਵਾ ਦਾ ਸਾਨੂੰ ਬਲ ਬਖਸ਼ਣ ਸੱਚੇ ਪਾਤਸ਼ਾਹ। ਸਾਡੀ ਮੇਲਕੋਟਲਾ ਦੀ ਪੂਰੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।